ਅੰਮ੍ਰਿਤਸਰ ਵਿੱਚ ਇੱਕ ਸ਼ਰਾਬੀ ਪੁਲਿਸ ਕਰਮਚਾਰੀ ਨੇ ਮਾਰੀ ਇੱਕ ਗੱਡੀ ਨੂੰ ਟੱਕਰ, ਜਿਸ ਕਾਰਨ ਗੁਰਮੁਖ ਪਰਿਵਾਰ ਇੱਕ ਵੱਡੇ ਹਾਦਸੇ ਵਿੱਚੋਂ ਬਚਿਆ। ਗੁਰਮੁਖ ਪਰਿਵਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਹਨ। ਅੱਜ ਜਦੋਂ ਉਹ BRTS ਵਿੱਚ ਬਣੇ ਰੋਡ ਤੇ ਚੜੇ ਤਾਂ ਇੱਕ ਪੁਲਿਸ ਕਰਮਚਾਰੀ ਦੁਆਰਾ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਵਿੱਚ ਸਾਰੇ ਪਰਿਵਾਰ ਨੂੰ ਚੋਟ ਲੱਗੀ। ਉਹਨਾਂ ਨੇ ਕਿਹਾ ਕਿ ਇਸ ਪੁਲਿਸ ਕਰਮਚਾਰੀ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪੁਲਿਸ ਕਰਮਚਾਰੀ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਇਹ ਗੱਡੀ ਦੂਜੇ ਪਾਸੇ ਆਉਣ ਦੀ ਤੇ ਉਹ ਮੁਲਾਜ਼ਮ ਹੀ ਪੁਲਿਸ ਦਾ, ਉਹਨੇ ਰੱਜਿਆ ਹੀ ਸ਼ਰਾਬ ਦੇ ਨਾਲ, ਉਹਨੇ ਸਿੱਧੀ ਲਿਆ ਕੇ ਤੇ ਮੇਰੇ ਉੱਤੇ ਚਾੜਨ ਲੱਗਾ, ਗੱਡੀ ਸਿੱਧੀ ਵਿੱਚ ਮਾਰੀ, ਦੂਜੇ ਪਾਸੇ ਘੁੰਮ ਕੇ ਗੱਡੀ ਉਹਦੀ ਗਈ। ਪਰਿਵਾਰ ਦਾ ਬਚਾਅ ਹੋ ਗਿਆ ਜੀ ਸਾਰੇ, ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਦਾ ਵੀ ਬਚਾਅ ਹੋ ਗਿਆ, ਉਹਨੂੰ ਕੋਈ ਸੱਟ ਨਹੀਂ ਲੱਗੀ। ਉਹਨੂੰ PCR ਵਾਲੇ ਵਿੱਚ ਗੱਡੀ 'ਤੇ ਬਿਠਾ ਕੇ ਲੈ ਗਏ, ਵੀ ਮੁਲਾਜ਼ਾ ਕਰਾਉਣ ਲੱਗੇ ਆਪਾਂ ਦਾ। ਐਂ ਜੀ ਟਾਈਮ ਹੈਗਾ ਕੋਈ 8 ਵਜੇ 9:15 ਦਾ, ਅਸੀਂ ਜਾਣ ਡੇ ਹਾਂ ਇੱਥੇ ਪਿਪਲੀ ਸਾਹਿਬ ਲਾਗੇ ਸੰਥਿਆ ਲੈਣ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਸਾਰਾ ਪਰਿਵਾਰ ਜਾਣ ਡੇ ਹਾਂ, ਰਮਾਨ ਦੇ ਨਾਲ ਜਾਣ ਡੇ ਹਾਂ। ਅੱਗੋਂ ਟਰੱਕ ਆ ਗਿਆ, ਮੈਂ ਮਾੜਾ ਜਿਹਾ ਟਰੈਕ ਵਿੱਚ ਪਾ ਕੇ ਮੈਂ ਅੱਗੋਂ ਕੱਢ ਲੈਂਦੇ ਹਾਂ, ਅਤੇ ਉਹ ਇਹ ਅੱਗੋਂ ਸਿੱਧਾ ਹੀ ਆਉਣ ਡਿਆ ਬੜੀ ਸਪੀਡ ਦੇ ਨਾਲ ਹੀ, ਅਤੇ ਉਹਨੇ ਸਿੱਧੀ ਲੱਗੇ ਗੱਡੀ ਮੇਰੇ ਵਿੱਚ ਮਾਰਤੀ ਸਿੱਧੀ ਲੱਗੇ, ਨਹੀਂ ਉਹਦਾ ਕੁਝ ਸੱਟ ਲੱਗੀ, ਬਚਾਅ ਉਹਦਾ। ਮੇਰਾ ਨਾਮ ਬਲਵੰਤ ਸਿੰਘ, ਘੁੰਮ ਕੇ ਸਾਡੇ ਵਾਲੇ ਪਾਸੇ ਡਾਇਰੈਕਸ਼ਨ ਉਹਦੀ ਉਲਟ ਹੋ ਗਈ ਹੈ, ਬਹੁਤ ਜ਼ਬਰਦਸਤੀ।